ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਮੁਕੰਮਲ ਇੰਦਰਜ ਹਰ ਰੋਜ਼ ਈ ਪੰਜਾਬ ਵੈਬ ਪੋਰਟਲ ਦੇ ਵਿੱਚ ਦਰਜ ਕਰਨ ਦੇ ਹੁਕਮਾਂ ਨੇ ਅਧਿਆਪਕਾਂ ਦੇ ਸਾਹ ਸੁਕਾ ਦਿੱਤੇ ਨੇ। ਇਸ ਆਨਲਾਈਨ ਸਿਸਟਮ ਦੇ ਵਿੱਚ ਸੈਂਕੜੇ ਤਰ੍ਹਾਂ ਦੇ ਇੰਦਰਜ ਹੋਣੇ ਨੇ। ਵਿਭਾਗ ਨੇ ਇਸ ਈ ਪੋਰਟਲ ਨੂੰ ਹਰ ਹਾਲ ਦੇ ਵਿੱਚ ਲਾਜ਼ਮੀ ਕਰਾਰ ਦਿੰਦਿਆਂ ਅਧਿਆਪਕਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਕੋਤਾਹੀ ਕਰਨ ਵਾਲੇ ਸਕੂਲਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਪੋਰਟਲ ਦੇ ਵਿੱਚ ਸਕੂਲ ਦਾ ਮੌਜੂਦਾ ਸਟਾਫ ਅਤੇ ਨੋਨ ਟੀਚਿੰਗ ਹਰ ਵਿਦਿਆਰਥੀ ਦੀ ਮੁਕੰਮਲ ਜਾਣਕਾਰੀ ਸਮੇਤ ਕਦ ਭਾਰ, ਬੈਂਕ ਅਕਾਊਂਟ ਨੰਬਰ, ਘਰ ਦਾ ਪਤਾ, ਮੋਬਾਈਲ ਨੰਬਰ, ਸਕੂਲ ਦੇ ਵਿੱਚ ਮਨਜ਼ੂਰ ਪੋਸਟਾਂ ਦੀ ਠੀਕ ਜਾਣਕਾਰੀ, ਸਕੂਲਾਂ ਦੇ ਵਿੱਚ ਮੌਜੂਦਾ ਸਮਾਨ, ਸਕੂਲਾਂ ਵੱਲੋਂ ਖੋਲ੍ਹੇ ਗਏ ਖਾਤੇ, ਬੁਨਿਆਦੀ ਢਾਂਚੇ ਸੰਬੰਧੀ ਜਾਣਕਾਰੀਆਂ, ਵਿਦਿਆਰਥੀਆਂ ਅਤੇ ਚੋਣਵੇਂ ਵਿਸ਼ਿਆਂ ਦੀ ਵੀ ਜਾਣਕਾਰੀ ਭਰਨੀ ਹੋਵੇਗੀ। ਹੁਣ ਵਿਭਾਗ ਸਕੂਲਾਂ ਤੋਂ ਕਿਸੇ ਕਿਸਮ ਦੇ ਕੋਈ ਅੰਕੜੇ ਇਕੱਤਰ ਨਹੀਂ ਕਰਨਗੇ, ਕਿਉਂਕਿ ਈ ਪੰਜਾਬ ਵੈਬ ਪੋਰਟਲ 'ਤੇ ਦਰਜ ਸਕੂਲ ਸੰਬੰਧੀ ਅੰਕੜਿਆਂ ਦੀ ਆਨਲਾਈਨ ਰਿਪੋਰਟ ਹੀ ਲੈ ਲਈ ਜਾਵੇਗੀ। ਜੇਕਰ ਕਿਸੇ ਸਕੂਲ ਦੀ ਸੂਚਨਾ ਇਹ ਪੰਜਾਬ ਵੈਬ ਪੋਰਟਲ 'ਤੇ ਗਲਤ ਪਾਈ ਜਾਂਦੀ ਹੈ ਤਾਂ ਉਸ ਸਕੂਲ ਦੇ ਖਿਲਾਫ਼ ਵਿਭਾਗ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।